ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸਵਾਗਤ ਕਰਦੀ ਹਾਂ। ਮੈਂ ਅੱਜ ਬਹੁਤ ਹੀ ਵਧੀਆ ਮੌਸਮ ਹੈ ਇੰਗਲੈਂਡ ਦੇ ਵਿੱਚ, ਔਰ ਮੈਂ ਅੱਜ ਆਪਣੇ ਫੇਵਰੇਟ ਸਪੋਟ ਬਲੈਕਪੂਲ 'ਚ ਹੋਲੀਡੇ ਮਿਲਾਉਣ ਲਈ ਆਪਣੀ ਫੈਮਿਲੀ ਦੇ ਨਾਲ ਆਈ ਹਾਂ। ਐਂਡ ਮੈਂ ਜਿਹੜਾ ਹੈ ਇਹ ਵਧੀਆ ਜਿਹੜਾ ਮੌਸਮ ਹੈ, ਇੱਥੇ ਬਹੁਤ ਹੀ ਘੱਟ ਮੌਸਮ ਹੁੰਦਾ ਹੈ ਇੰਗਲੈਂਡ ਦੇ ਵਿੱਚ ਇੱਦਾਂ ਦਾ ਕਿ ਇੰਨਾ ਸਨੀ ਡੇ, ਤਾਂ ਮੈਂ ਤੁਹਾਡੇ ਨਾਲ ਆਪਣੇ ਸਾਰੇ ਐਕਸਪੀਰੀਅੰਸ ਸ਼ੇਅਰ ਕਰਾਂਗੀ। ਪਾਰਕਿੰਗ ਦੀ ਪ੍ਰੋਬਲਮ ਦੀ ਵਜ੍ਹਾ ਨਾਲ ਫੈਮਿਲੀ ਲਾਈਨ ਦੇ ਵਿੱਚ ਖੜੀ ਹੋਈ ਹੈ, ਪਾਰਕਿੰਗ ਨਹੀਂ ਮਿਲ ਰਹੀ, ਪਰ ਮੈਂ ਜਿੱਦਾਂ ਜਿੱਦਾਂ ਕੁਛ ਨਾ ਕੁਛ ਦੇਖਾਂਗੀ ਤਾਂ ਮੈਂ ਤੁਹਾਡੇ ਨਾਲ ਆਪਣਾ ਇਹ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੀ। ਤਾਂ ਮੇਰੇ ਨਾਲ ਤੁਸੀਂ ਚਾਲੂ ਰਹੋ, ਦੇਖਦੇ ਰਹੋ। ਬਹੁਤ ਹੀ ਵਧੀਆ ਨਜ਼ਾਰਾ, ਬਹੁਤ ਹੀ ਖੂਬਸੂਰਤ ਮੌਸਮ ਹੈ ਅੱਜ, ਸਾਰੇ ਬਾਹਰ ਨੇ ਐਂਡ ਬੈਂਕ ਹੋਲੀਡੇ ਹੋਣ ਦੀ ਵਜ੍ਹਾ ਨਾਲ ਸਾਰਿਆਂ ਨੂੰ ਛੁੱਟੀ ਹੈ, ਤਾਂ ਸਾਰੀਆਂ ਹੀ ਫੈਮਿਲੀਆਂ ਇੱਥੇ ਆਈਆਂ ਹੋਈਆਂ ਨੇ। ਬਹੁਤ ਹੀ ਵਧੀਆ ਜਗ੍ਹਾ, ਮੈਨੂੰ ਬਹੁਤ ਹੀ ਪਸੰਦ ਹੈ। ਮੈਂ ਹਰ ਸਮਰ 'ਚ ਇੱਥੇ ਐਕਚੁਲੀ ਆਉਂਦੀ ਹਾਂ, ਪਰ ਇਸ ਸਮਰ ਦੇ ਵਿੱਚ ਮੈਂ ਇੰਡੀਆ 'ਚ ਸੀ, ਪਰ ਅੱਜ ਮੌਸਮ ਵਧੀਆ ਹੈ ਔਰ ਛੁੱਟੀ ਹੈ, ਤਾਂ ਆਪਣੀ ਫੈਮਿਲੀ ਦੇ ਨਾਲ ਮੈਂ ਇੱਥੇ ਆਈ ਹੋਈ ਹਾਂ। ਪਲੇਜ਼ਰ ਬੀਚ, ਬਲੈਕਪੂਲ। ਟਿਕਟ ਲਈ ਕਿਉਂ ਲੱਗੀ ਹੋਈ ਹੈ ਇੱਥੇ, ਬਹੁਤ ਹੀ ਜ਼ਿਆਦਾ ਰਸ਼ ਹੈ। बैठ जाएंगे, वही है बहुत छोटे बेबीज के लिए है ये, तो बैठ पर मूवी बनाता हूँ। मैं किस में बैठ, आ जाओ उधर सर, उधर से टिकट लेंगे। नहीं अकेले क्या बैठ, मैं टिकट ले लेता हूँ, आ जाओ उसको बुला ले जानवर को। मैं बनाता हूँ, इतनी सुंदर जगह है, सिर्फ प्यार से मैं आई देखने के लिए। कौन है वो, ठीक हो? हाँ
ਤੇਰੀ ਬੱਤੀ ਦੇ ਵਾਸਤੇ ਇਹ ਚੀਜ਼ਾਂ ਵੀ ਬਣਾ ਰਹੀ ਹੈ ਨਾ ਅੱਛੇ ਲੱਗਦੀਆਂ ਨਹੀਂ ਤੇਰੀ ਵੀ ਜਾਣੀ ਚਾਹੀਦੀ ਨਾ ਵਿੱਚ ਇਹ ਚੀਜ਼ਾਂ ਵੀ ਕਵਰ ਕਰਨਾ ਅਤੇ ਆ ਤੇਰੀ ਵੀ ਕਵਰ ਕਰਨਾ ਸਾਰੀ ਇਹ ਸੈਂਟਰ ਉਸੇ ਪੇ ਹੱਥ ਰੱਖਣਾ ਫਿਰ छोटे यही छोटे बच्चों का है इसमें बैठो आप लाइन में लग जाओ ना इधर उसको बुला लेना उसको एक बार फोन कर बंद कर आजा बेटा इतना अच्छा दिन है खराब कर रहा है इतना अच्छा प्यारा दिन आजा बेटा आजा नहीं करी जा आजा अब मम्मी बुला रही बोल आजा बोल रही आजा इधर साथ ऊपर बैठना है इसे एक राइड पे बैठना है राइड बैठना बहुत ही करता है हाँ तेरे पास टिकट है तेरे साथ ही बैठना पड़ेगा सीधा आ जाओ छोटे पुल से उतरेगा तो नीचे खड़े मेरा चल गया हाइट कितनी ज्यादा है ना इतनी ज्यादा हाइट के ऊपर जा रहे लोग यूरोप की सब तो बड़ी कोस्टल राइड
ਰਾਈਡਰਸ, ਮੈਨੂੰ ਬਹੁਤ ਡਰ ਲੱਗਦਾ ਹੈ ਰਾਈਡਾਂ ਦੇਖ ਕੇ। ਮੈਂ ਬੈਂਡ ਬੰਨਣ ਦੇ ਬਾਵਜੂਦ ਵੀ ਕਿਸੇ ਰਾਈਡ 'ਤੇ ਨਹੀਂ ਬੈਠ ਸਕੀ, ਮੈਨੂੰ ਬਹੁਤ ਜ਼ਿਆਦਾ ਚੱਕਰ ਆਉਂਦੇ ਨੇ ਉਲਟੀਆਂ। ਲੋਕ ਅੱਛੀ ਤਰ੍ਹਾਂ ਇੰਜੋਏ ਕਰ ਰਹੇ ਹੈ। ਇਹ ਯੂਰਪ ਦੀ ਸਭ ਤੋਂ ਵੱਡੀ ਰੋਲਰ ਕੋਸਟਰ ਰਾਈਡ ਹੈ, ਬਹੁਤ ਹੀ ਜ਼ਿਆਦਾ ਹਾਈਟ ਬਾਕੀ ਹੈ। ਬਹੁਤ ਹੀ ਡਰਪੋਕ ਆ, ਮੈਂ ਰਾਈਡਾਂ 'ਤੇ ਬੈਠਣ ਦੇ ਲਾਇਕ ਨਹੀਂ। ਦੇ ਪਲੇਜ਼ਰ ਬੀਚ ਬਲੈਕਪੂਲ ਦੇ ਵਿੱਚ ਕਿੱਥੇ ਲਾਫਿੰਗ after spending a few hours in Pleasure Beach. Thank you.